ਗੁਰੂ ਪਿਆਰਿਓ, ਸਾਡਾ ਇੱਕ ਦੂਜੇ ਨਾਲ ਲੜਾਈ ਝਗੜਾ ਕਲੇਸ਼ ਕਦੋਂ ਪੈਂਦਾ ਹੈ? ਜਦੋਂ ਸਾਡੇ ਇੱਕ ਦੂਜੇ ਨਾਲ ਵਿਚਾਰ ਨਹੀਂ ਰਲਦੇ, ਇਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਘਿਰਨਾ, ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ, ਇੱਕ ਦੂਜੇ ਦੀ ਚੁਗਲੀ, ਨਿੰਦਿਆ ਕਰਦੇ ਹਾਂ, ਦੂਜੇ ਬਾਰੇ ਮਾੜਾ ਸੋਚਣ ਲੱਗ ਜਾਂਦੇ ਹਾਂ। ਇਸ ਅਵਸਥਾ ਵਿੱਚ ਸਾਡਾ ਮਨ ਦੁਖੀ ਰਹਿੰਦਾ ਹੈ। ਇਹਨਾਂ ਵਿਚਾਰਾਂ ਵਿੱਚ ਸਾਡੇ ਸਵਾਸ ਵਿਅਰਥੇ ਹੀ ਨਹੀਂ ਜਾਂਦੇ, ਸਗੋਂ ਦਰਗਾਹੀ ਸਜ਼ਾ ਦੇ ਵੀ ਭਾਗੀ ਬਣਦੇ ਹਾਂ। ਇਸ ਸਜ਼ਾ ਤੋਂ ਬਚਣ ਲਈ ਅਤੇ ਮਾਨਸਿਕ ਸੁੱਖ ਪ੍ਰਾਪਤ ਕਰਨ ਲਈ ਗੁਰਬਾਣੀ ਵਿੱਚ ਤਰੀਕਾ ਇਸ ਤਰ੍ਹਾਂ ਦੱਸਿਆ ਹੈ, ਹੋਏ ਇਕੱਥਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸੋ ਇਸ ਤਰ੍ਹਾਂ ਅਸੀਂ ਸਿਮਰਨ ਕਰਕੇ ਆਪਣੇ ਵਿਚਾਰ ਰੋਕਣੇ ਹੁੰਦੇ ਹਨ। ਸੋ ਆਓ ਆਪਾਂ ਰਲ ਕੇ ਸਿਮਰਨ ਸ਼ੁਰੂ ਕਰੀਏ ਜੀ। ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।